ਵਧੀਆ ਕਰਨ ਸਾਰਾ ਦਾ ਆਈ ਹੋਪ ਸਾਰੇ ਵਧੀਆ ਹੋਣਗੇ ਅੱਜ ਵਾਲਾ ਵਲੌਗ ਜਿਹੜਾ ਵਾ ਇੱਕ ਮਿੰਨੀ ਵਲੌਗ ਹੀ ਹੋਊਗਾ ਜ਼ਿਆਦਾ ਲੰਮਾ ਨਹੀਂ ਆ ਅੱਜ ਬਸ ਆਪਾਂ ਵਿਖਾਉਂਦੇ ਹਾਂ ਕਿ ਜੇ ਕਿਸੇ ਨੇ ਇੰਡੀਅਨ ਸਟਾਈਲ ਚਾਹ ਅਤੇ ਆਲੂ ਪੈਟੀ ਖਾਣੀ ਆ ਅਤੇ ਕਿਹੜੀ ਜਗ੍ਹਾ 'ਤੇ ਆਪਾਂ ਜਾ ਸਕਦੇ ਹਾਂ ਅਤੇ ਉੱਥੇ ਕਿੱਦਾਂ ਦਾ ਆਪਾਂ ਨੂੰ ਚਾਹ ਅਤੇ ਫੂਡ ਮਿਲਦੀ ਆ ਚਲੋ ਫਿਰ ਚੱਲੀਏ ਚਾਹ ਅਤੇ ਆਲੂ ਪੈਟੀਆਂ ਲੈਣ ਆਪਾਂ ਆਏ ਹਾਂ ਆਹ ਪੰਪ ਆ ਅਲਟਰਾਮਾਰ ਇਹ ਵੀ ਆਪਾਂ ਜਿਹੜਾ ਐਡਰੈਸ ਆ ਉਹ ਮੈਂ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰ ਦੂੰਗਾ ਪਹਿਲਾਂ ਤਾਂ ਇਹਨਾਂ ਕੋਲ ਨਾ ਬਸ ਹੁੰਦੀਆਂ ਸੀ ਚਾਹ ਅਤੇ ਪੈਟੀਆਂ ਵਗੈਰਾ ਹੀ ਹੁਣ ਇਹਨਾਂ ਨੇ ਵਾਵਾ ਮੈਨਿਊ ਜਿਹੜਾ ਵਾ ਐਕਸਪੈਂਡ ਕੀਤਾ ਵਾ ਅਸੀਂ ਵਾਵਾ ਦਿਨਾਂ ਬਾਅਦ ਹੀ ਆਏ ਹਾਂ ਅਤੇ ਆਜੋ ਫਿਰ ਵੇਖਦੇ ਹਾਂ ਵੀ ਅੰਦਰ ਕੀ ਮਾਹੌਲ ਚੱਲ ਰਿਹਾ ਆਪਾਂ ਲਿਆਂਦਾ ਵਾ ਆਲੂ ਪੈਟੀਆਂ ਅਤੇ ਇੱਕ ਪਨੀਰ ਪਫ ਇਹਨਾਂ ਨੇ ਕੋਈ ਨਵੀਂ ਐਡ ਕੀਤੀ ਉਹ ਲਿਆਂਦੀ ਆ ਅਤੇ ਨਾਲ ਲਿਆਂਦੀ ਆ ਚਾਰ ਮਸਾਲਾ ਚਾਹ ਇੱਕ ਲਿਆਂਦਾ ਵਾ ਇੰਡੀਅਨ ਸਟਾਈਲ ਪਤੀਸਾ ਇਹਦਾ ਵੈਸੇ ਰੇਟ ਉਹਨਾਂ ਨੇ ਬਹੁਤ ਜਿਹੜਾ ਵਾ ਨਾ ਜਾਇਜ਼ ਨਹੀਂ ਆਏ ਅਤੇ $3 ਦੇ ਦਿੱਤੇ ਆ ਤਿੰਨ ਪੀਸ ਜਿਹੀ ਪਰ ਹੁਣ ਖਾਣੇ ਪੀਣੇ ਆ ਵਧੀਆ ਹੁੰਦਾ ਫੂਡ ਇਹਨਾਂ ਦਾ ਇਹਦਾ ਤਾਂ ਵੀ ਪਹਿਲਾਂ ਵੀ ਜਦੋਂ ਜਿਵੇਂ ਦੱਸਿਆ ਵੀ ਖਾਧਾ ਪੀਤਾ ਵਾ ਅਤੇ ਚਾਹ ਵੀ ਸਵਾਦ ਹੁੰਦੀ ਆ ਅਤੇ ਫੂਡ ਵਧੀਆ ਹੁੰਦਾ ਵਾ ਅਤੇ ਇੱਕ ਨਾ ਜ਼ਰੂਰ ਆਓ ਅਤੇ ਚੈੱਕ ਕਰੋ ਅਤੇ ਚਾਹ ਆਪਣੀ ਇੰਜੋਏ ਕਰੋ ਥੈਂਕ ਯੂ ਖਾ ਪੀ ਤਾਂ ਲਿਆ ਹੈ ਚਲੋ ਹੁਣ ਹੈ ਮੇਨ ਚੀਜ਼ ਹੈ ਜਿਹੜੀ ਇਹਨਾਂ ਦੀ ਮਸਾਲਾ ਚਾਹ ਟਰਾਈ ਕਰਕੇ ਵੇਖਦੇ ਹਾਂ ਅਤੇ ਚਾਹ ਵਧੀਆ ਅਤੇ ਅੰਦਰ ਜਿਵੇਂ ਵਿਖਾ ਹੀ ਦਿੱਤਾ ਵੀ ਹੋਰ ਵੀ ਇਹਨਾਂ ਤੋਂ ਵਰਾਇਟੀਆਂ ਹੈਗੀਆਂ ਵਾ ਮੈਨਿਊ ਵੀ ਆਈ ਥਿੰਕ ਮੈਂ ਕਵਰ ਕਰ ਹੀ ਲਿਆ ਵਾ ਅਤੇ ਗੈਸ ਸਟੇਸ਼ਨ ਦੇ ਅੰਦਰ ਆ ਇਹ ਜਿਹੜਾ ਵਾ ਚਾਹ ਦਾ ਕੈਫੇ ਜਾਂ ਮਸਾਲਾ ਚਾਹ ਜਿੱਥੋਂ ਮਿਲਦੀ ਆ ਅਤੇ ਫੂਡ ਆਈਟਮਾਂ ਮਿਲਦੀਆਂ ਸਨੈਕ ਜੇ ਅਤੇ ਇੱਥੇ ਆ ਸਕਦੇ ਹੋ ਇਹ ਲੋਕੇਟਡ ਆ ਕੁਈਨ ਐਂਡ ਏਅਰਪੋਰਟ 'ਤੇ ਅਤੇ ਜਿਹੜਾ ਇਹਦਾ ਐਗਜੈਕਟ ਐਡਰੈਸ ਆ ਉਹ ਮੈਂ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰੂੰਗਾ ਅਤੇ ਵਿਜ਼ਿਟ ਕਰਿਓ ਇੱਕ ਰਾਂ ਅਤੇ ਤੁਸੀਂ ਕਮੈਂਟ 'ਚ ਦੱਸ ਸਕਦੇ ਹੋ ਕਿ ਕਿੱਦਾਂ ਲੱਗਾ ਇੱਥੇ ਆ ਕੇ ਅਤੇ ਕਿੱਦਾਂ ਦਾ ਇੱਥੇ ਫੂਡ ਹੀ